ਅਸਲਾਮ ਵਾਲੇਕੁਮ ਅਤੇ ਅੱਜ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈਗੀ ਗਾਲਾਂ ਦੇ ਨਾਲ ਜੋ ਕਿ ਮੇਰੀ ਅੰਮੀ ਮੈਨੂੰ ਕੱਟ ਰਹੀ ਸੀ ਇੱਕ ਕਾਮ ਦੇ ਨਕਾਜ ਦੇ ਦੁਸ਼ਮਣ ਅਨਾਜ ਦੇ ਉਸ ਤੋਂ ਬਾਅਦ ਮੋਟਰਸਾਈਕਲ ਦੇਖਦੇ ਹਾਂ ਅਤੇ ਮੇਰੇ ਮੋਟਰਸਾਈਕਲ ਦੇ ਤੀਸਰੇ ਸਿਲੰਡਰ ਅਤੇ ਚੌਥੇ ਸਿਲੰਡਰ ਦੇ ਬਹੁਤ ਸ਼ਦੀਦ ਕਚਰਾ ਹੈਗਾ ਲੇਕਿਨ ਇਸ ਚੀਜ਼ ਨੂੰ ਮੈਂ ਇਗਨੋਰ ਕਰਦੇ ਹੋਇਆ ਮੋਟਰਸਾਈਕਲ ਨੂੰ 120 ਕਿਲੋਮੀਟਰ ਪਰ ਆਵਰ ਦੀ ਰਫ਼ਤਾਰ ਦੇ ਵਿੱਚ ਲੈ ਕੇ ਜਾ ਰਿਹਾ ਹੁੰਦਾ ਆਪਣੇ 70 ਅੱਡੇ 'ਤੇ ਵੈਸੇ ਭੱਜਦੀ ਨਹੀਂ ਇੰਨਾ ਲੇਕਿਨ ਵੈਸੇ ਵੀ ਮੈਂ ਵੀਡੀਓ 'ਚ ਕਿਹੜਾ ਤੁਸੀਂ ਨੋਟ ਕਰ ਰਹੇ ਮੈਂ ਕਹਿ ਦਿੱਤਾ ਉਸ ਤੋਂ ਬਾਅਦ ਸੀਨ ਸ਼ਿਫਟ ਹੁੰਦਾ ਅਸੀਂ ਪਹੁੰਚਦੇ ਹਾਂ 70 ਅੱਡੇ ਦੇ ਉੱਤੇ ਅਤੇ 70 ਅੱਡਾ ਸਾਡੇ ਪਾਕਿਸਤਾਨ ਦਾ ਮੋਸਟ ਐਕਸਪੈਂਸਿਵ ਜਗ੍ਹਾ ਹੈਗੀ ਜਿੱਥੇ ਦੱਸਾਂ ਲਈ ਸ਼ਾਇਦ 100 ਦੇ 100 ਵਾਰੀ 200 ਦੇ ਵਿੱਚ ਬੰਦਾ ਜਾਂਦਾ ਗੱਡੀ 'ਤੇ ਜਾਂਦਾ ਮੋਟਰਸਾਈਕਲ ਦੇ ਉੱਤੇ ਲੇਕਿਨ ਐਂਬੂਲੈਂਸ ਵਾਲਾ ਹਾਲ ਹੁੰਦਾ ਫਿਰ ਉਸ ਤੋਂ ਬਾਅਦ ਅਸੀਂ ਪਹੁੰਚਦੇ ਹੈਗੇ ਦੁਕਾਨ ਦੇ ਉੱਤੇ ਗੈਸਾਂ ਵਾਲੀ ਅਤੇ ਮੈਂ ਭਾਈ ਨੂੰ ਕਹਿੰਦਾ ਭਾਈ ਜਾਨ ਦਿਲ ਖੋਲ ਕੇ 100 ਰੁਪਏ ਦਾ ਪਾ ਦਿਓ ਅਤੇ ਗੱਲ ਨਾ ਕਰੀਓ ਉਸ ਤੋਂ ਬਾਅਦ ਮੈਂ ਪੈਸੇ ਵਾਲਾ ਮੀਟਰ ਵੇਖਦਾ ਤਾਂ ਪੈਸੇ ਵਾਲਾ ਮੀਟਰ ਦੇਖ ਕੇ ਮੇਰਾ ਬੀਪੀ ਵੀ ਉੱਤੋਂ ਥੱਲੇ ਆਉਣਾ ਸ਼ੁਰੂ ਕਰ ਦਿੰਦਾ ਹੈਗਾ ਉਸ ਤੋਂ ਬਾਅਦ ਮੈਨੂੰ ਦੀਦਾਰ ਹੁੰਦਾ ਹੈਗਾ ਚੌਧਰੀ ਵਾਲੇ ਟਾਈਮ ਦਾ ਜਿਹਦੇ ਹਰਨ ਤੋਂ ਇਲਾਵਾ ਬਾਕੀ ਹਰ ਇੱਕ ਸ਼ਵਾਈ ਦੀ ਹੈਗੀ ਔਰ ਬੰਦਾ ਇਸ 10 ਕਿਲੋਮੀਟਰ ਸਫ਼ਰ ਕਰਕੇ ਇੱਦਾਂ ਮਹਿਸੂਸ ਕਰ ਰਿਹਾ ਹੁੰਦਾ ਜਿੱਦਾਂ ਬੰਦਾ ਇੰਡੀਆ ਤੋਂ ਪਾਕਿਸਤਾਨ ਪੈਦਲ ਆਇਆ ਹੁੰਦਾ ਇਸ ਤੋਂ ਬਾਅਦ ਅਸੀਂ ਚੱਕ ਪਹੁੰਚ ਜਾਂਦੇ ਜਿਹੜੇ ਪਿਛਲੀ ਸਾਈਡ ਤੁਸੀਂ ਚੌਕੀ ਦੇਖ ਰਹੇ ਅਤੇ ਸਾਨੂੰ ਨੁਕਸਾਨ ਜ਼ਿਆਦਾ ਫਾਇਦੇ ਘੱਟਦੇ ਹਾਂ ਉਸ ਤੋਂ ਬਾਅਦ ਅਸੀਂ ਪਹੁੰਚ ਜਾਂਦੇ ਹਾਂ ਘਰ ਅਤੇ ਘਰ ਪਹੁੰਚਣ ਤੋਂ ਬਾਅਦ ਮੈਂ ਬੜੀ ਬਾਹੂਬਲੀ ਵਾਲੀ ਇੰਟਰੀ ਮਾਰਦਾ ਲੱਤ ਮਾਰ ਕੇ ਮੈਂ ਦਰਵਾਜ਼ਾ ਖੋਲਦਾ ਅਤੇ ਨਾਲ ਹੀ ਮੈਨੂੰ ਗਾਲਾਂ ਪੈਂਦੀਆਂ ਓ ਕੰਜਰਾ ਜਦੋਂ ਆਪਣੇ ਪੈਸਿਆਂ ਦੇ ਲਈ ਨਾ ਉਸ ਟਾਈਮ ਇੱਦਾਂ ਕਰਦੇ ਰਹੀ ਹੋ ਉਸ ਤੋਂ ਬਾਅਦ ਮੈਂ ਜਾ ਕੇ ਸਿਲੰਡਰ ਫਿਲ ਕਰਦਾ ਹੈਗਾ ਚੁੱਲ੍ਹੇ ਦੇ ਉੱਤੇ ਅਤੇ ਉਸ ਤੋਂ ਬਾਅਦ ਮੈਨੂੰ ਯਾਦ ਆ ਮੈਂ ਤੁਹਾਨੂੰ ਹੀਰ ਤਾਂ ਆਪਣੀ ਵਿਖਾਈ ਨਹੀਂ ਅਤੇ ਇਹ ਮੇਰੀ ਖਲੋਤੀ ਹੈ ਹੀਰ ਚੈੱਕ ਕਰੋ ਕੈਸੀ ਲੱਗ ਰਹੀ ਹੈ ਕਮੈਂਟ ਬੋਕਸ ਦੇ ਜ਼ਰੂਰ ਦੱਸੀਓ ਅਤੇ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਨਮਾਜ਼ ਪੜ੍ਹਨ ਵਾਸਤੇ ਨਮਾਜ਼ ਪੜ੍ਹਦੇ ਹੁਣ ਮੈਂ ਅਸੀਂ ਆ ਚੁੱਕੇ ਹਾਂ ਮਸਜਿਦ ਦੇ ਜਿਨ੍ਹਾਂ ਜਿਨ੍ਹਾਂ ਦੇ ਕੋਲੋਂ ਨਮਾਜ਼ ਦਾ ਇਸ ਟਾਈਮ ਟਾਈਮ ਆ ਅਤੇ ਉੱਠ ਕੇ ਨਮਾਜ਼ ਪੜ੍ਹੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਫਾਸਲੋਂ ਕੋ ਤਕੱਲਫ ਹੈ ਹਮ ਸੇ ਅਗਰ ਹਮ ਵੀ ਬੇਬਸ ਨਹੀਂ ਬੇ ਸਹਾਰਾ ਨਹੀਂ ਸਬੀਰੁ ਦੁਮੂਇ ਸਬੀਰੁ ਮੁਰੀਹ ਏ ਅੱਲਾ ਹਮ ਸਭ ਕੇ ਗੁਨਾਹੋਂ ਕੋ ਮਾਫ ਫਰਮਾ ਦੀਜੀਏ ਹਮ ਸਭ ਕੋ ਦੁਨੀਆ ਔਰ ਆਖਰਤ ਮੇਂ ਕਾਮਯਾਬੀਆਂ ਅਤਾ ਫਰਮਾਈਏ